मन बटा एह मन बटा कि जासा मन मनिया Thank you.
कहे कबीर, कहे कबीर मूर्ख गणित गणाए झगड़ा पाया
மனுமுக்கு முள்ளோ புள்ளையா பிர்த்தா ஜனமுங்கவாயனே ਝਗੜਾ ਕਰਦਿਆਂ ਅਣ ਦਿਨ ਗੁਜ਼ਰੇ ਝਗੜਾ ਕਰਦਿਆਂ ਅਣ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਝਗੜਾ ਕਰਦਿਆਂ ਮਾਸ ਮਾਸ ਕਰ ਮੂਰਖ ਝਗੜੇ ਝਗੜਾ ਕਰਦਿਆਂ ਅਣ ਦਿਨ ਗੁਜ਼ਰੇ ਝਗੜਾ ਇੱਕ ਨਵੇਰੋ ਰਾਮ ਸਾਰਾ ਸੰਸਾਰ ਕਿਸੇ ਨਾ ਕਿਸੇ ਝਗੜੇ ਵਿੱਚ ਪਿਆ ਹੋਇਆ ਹੈ ਹਰ ਪਾਸੇ ਝਗੜਾ ਕੋਈ ਟਿਕਾਣਾ ਕੋਈ ਦੇਸ਼ ਕੋਈ ਸਟੇਟ ਕੋਈ ਧਰਮ ਕੋਈ ਪਾਰਟੀ ਜਿੱਥੇ ਝਗੜਾ ਨਹੀਂ ਆਖਿਰ ਕਾਰਨ ਤਾਂ ਲੱਭਣਾ ਪੈ ਜਾਣਾ ਬਾਬਾ ਕਬੀਰ ਨੇ ਤਾਂ ਇੱਕ ਝਗੜੇ ਦੀ ਗੱਲ ਕਰ ਦਿੱਤੀ ਆਪ ਗੱਲ ਕਰਦਿਆਂ ਕਰਦਿਆਂ ਹੀ ਪੰਜ ਝਗੜੇ ਰੱਖ ਦਿੱਤੇ ਅਤੇ ਆਖ ਦਿੱਤਾ ਇੱਕ ਝਗੜਾ ਆਖਿਆ ਏ ਇਹ ਝਗੜਾ ਇੱਕ ਨਵੇਰੋ ਰਾਮ ਅਤੇ ਰੱਖ ਦਿੱਤੇ ਪੰਜ ਝਗੜੇ ਇਹ ਮਨ ਵੱਡਾ ਕੇ ਜਾਸੀ ਮਨ ਮਾਨਿਆ ਝਗੜਾ ਰਾਮ ਵੱਡਾ ਕਿ ਰਾਮੇ ਜਾਣਿਆ ਝਗੜਾ ਬ੍ਰਹਮਾ ਵੱਡਾ ਕਿ ਜਾਸ ਉਪਾਇਆ ਝਗੜਾ ਵੇਦ ਵੱਡਾ ਕਿ ਜਹਾਂ 'ਤੇ ਆਇਆ ਝਗੜਾ ਤੀਰਥ ਵੱਡਾ ਕਿ ਹਰ ਕਾ ਦਾਸ ਝਗੜਾ ਉਦਾਸ ਤਾਂ ਮੈਂ ਇਸ ਲਈ ਹਾਂ ਕਹਿ ਕਬੀਰ ਹਾਂ ਭਇਆ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ ਇੱਕ ਕਹਿੰਦਿਆਂ ਕਹਿੰਦਿਆਂ ਪੰਜ ਝਗੜੇ ਅੱਗੇ ਰੱਖ ਦਿੱਤੇ ਪਰ ਚਲੋ ਪੰਜਾਂ 'ਤੇ ਨਿਬੜ ਗਿਆ ਮੈਂ ਹੈਰਾਨ ਹੋਇਆ ਜਦੋਂ ਮੇਰੇ ਸਾਹਮਣੇ ਝਗੜੇ ਦਾ ਸਵਾਲ ਆਇਆ ਵੀਰ ਬੈਠੇ ਨੇ ਇਹਨਾਂ ਹੀ ਦੋ ਦਿਨ ਪਹਿਲਾਂ ਇਸ ਸ਼ਬਦ ਬਾਰੇ ਪ੍ਰੇਰਨਾ ਦਿੱਤੀ ਕਹਿਣ ਲੱਗੇ ਆਹ ਸ਼ਬਦ ਸਮਝਣਾ ਚਾਹੁੰਦੇ ਹਾਂ ਅਤੇ ਜਗਣੂ ਇਸ ਸ਼ਬਦ ਦੀ ਵਿਚਾਰ ਵਿੱਚ ਗਿਆ ਹੈਰਾਨ ਹੋ ਗਿਆ ਹਾਲਾਂਕਿ ਇਸ ਸ਼ਬਦ ਦੀ ਸੰਖੇਪ ਜਵਾਬ ਬਾਣੀ ਵਿੱਚੋਂ ਹੀ ਹੈ ਸਾਨੂੰ ਬਾਹਰੋਂ ਲੈਣ ਦੀ ਲੋੜ ਨਹੀਂ ਪੈਂਦੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਬਾਣੀ ਹੈ ਜਿਸ ਦਾ ਹੈਡਿੰਗ ਹੈ ਦੱਖਣੀ ਓਂਕਾਰ ਉਹਦਾ ਪਹਿਲਾ ਹੀ ਪਦ ਜਿਹੜਾ ਪਹਿਲਾ ਹੀ ਸ਼ਬਦ ਹੈ ਇਸੇ ਗੱਲ ਦਾ ਜਵਾਬ ਹੈ ਹਾਲਾਂਕਿ ਗੁਰਬਾਣੀ ਵਿੱਚੋਂ ਦੇਖੀਏ ਤਾਂ ਇਹ ਮਨ ਕਿਉਂਕਿ ਮੈਂ ਸੰਖੇਪ ਵਿੱਚ ਇਹਨਾਂ ਪੰਜਾਂ ਦੇ ਵੀ ਸੰਬੰਧ ਵਿੱਚ ਕਹਿਣਾ ਚਾਹੁੰਦਾ ਫਿਰ ਆਪਾਂ ਇਸ ਦੀ ਡੂੰਘਾਈ ਵਿੱਚ ਜਾਵਾਂਗੇ ਇਹ ਮਨ ਵੱਡਾ ਕਿ ਜਾਸੀਓ ਮਨ ਮਾਨਿਆ ਇਹ
ਤੇ ਗੁਰੂ ਕਹਿੰਦੇ ਨੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ। ਦੋਨਾਂ ਗੱਲਾਂ ਦਾ ਜਵਾਬ ਆ ਗਿਆ। ਇਹ ਮਨ ਵੱਡਾ ਕਿ ਜਾਸਿਓ ਮਨ ਮਾਨਿਆ, ਰਾਮ ਵੱਡਾ ਕਿ ਰਾਮ ਜਾਣਿਆ। ਅਤੇ ਆਪਾਂ ਰੋਜ਼ ਪੜ੍ਹਨੇ ਹਾਂ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ। ਅੱਗੇ ਆਖਿਆ ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੱਖਣੀ ਓਂਕਾਰ ਦਾ ਪਹਿਲਾ ਸ਼ਬਦ ਹੈ। ਸਤਿਗੁਰੂ ਜਵਾਬ ਦਿੰਦੇ ਨੇ, ਕਹਿੰਦੇ ਨੇ ਭਲਿਆ ਓਂਕਾਰ ਬ੍ਰਹਮਾ ਉਤਪਤ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਿਨ ਚਿਤ ਓਂਕਾਰ ਸੈਲ ਜੁਗ ਬਹਾਇ ਓਂਕਾਰ ਬੇਦ ਨਿਰਮੈ ਬੇਦ ਬੜਾ ਕੇ ਜਹਾਂ ਤੇ ਆਇਆ ਓਂਕਾਰ ਵੇਦ ਨਿਰਮੈ ਓਂਕਾਰ ਸ਼ਬਦ ਉਧਰੈ ਓਂਕਾਰ ਗੁਰਮੁਖ ਤੈ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤਿਰ ਭਵਨ ਸਾਰ ਸੁਣ ਪਾਂਡੇ ਲਓ ਆਹ ਲੋੜ ਕਿਉਂ ਪਈ। ਓਂਕਾਰ ਵਿੱਚ ਸਾਰਿਆਂ ਦੀ ਗਿਣਤੀ ਕਰ ਰਹੇ ਸਨ ਪਰ ਪਾਂਡੇ ਨੂੰ ਮੁਖਾਤਬ ਕਰਕੇ ਅਗਲੀ ਗੱਲ ਆਖਣ ਦੀ ਲੋੜ ਕਿਉਂ ਪਈ। ਲਓ ਮੈਂ ਇੱਥੋਂ ਆਪਣਾ ਰੁੱਖ ਬਦਲਣਾ ਚਾਹੁੰਦਾ। ਸੁਣ ਪਾਂਡੇ ਇਹ ਦੱਖਣੀ ਓਂਕਾਰ ਦੀ ਪਹਿਲੀ ਰਹਾ ਉਹਦੀ ਤੁਕ ਹੈ। ਸੁਣ ਪਾਂਡੇ ਕਿਆ ਲਖਾਂ ਜੰਜਾਲਾ ਜੰਜਾਲ ਲਿਖੀ ਜਾਂਦਾ ਲੋਕਾਂ ਨੂੰ ਉਸ ਜੰਜਾਲ ਝਗੜਿਆਂ ਵਿੱਚ ਪਾ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਝਗੜੇ ਖੜੇ ਕੀਤੇ। ਗੁਰੂ ਨੇ ਬਾਣੀ ਵਿੱਚ ਆਖਿਆ ਹੋਮ ਹੁਣੇ ਤੁਕ ਆਈ ਸੀ ਹੋਮੇ ਝਗੜਾ ਪਾਏ ਹੁਣ ਝਗੜੇ ਜੱਗ ਮੋਆ ਸਾਰਾ ਸੰਸਾਰ ਝਗੜਿਆਂ ਵਿੱਚ ਪੈ ਗਿਆ ਅਤੇ ਪੈ ਕਿਉਂ ਗਿਆ ਮੈਂ ਉਸ ਝਗੜੇ ਲਫਜ਼ 'ਤੇ ਅੱਜ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦਾ। ਝਗੜਾ ਹੈ ਕਿ ਪਹਿਲੀ ਗੱਲ ਇੱਕ ਗੱਲ ਸਮਝਣੀ ਝਗੜੇ ਲਈ ਘੱਟੋ ਘੱਟ ਦੋ ਚਾਹੀਦੇ ਨੇ। ਇਕੱਲਾ ਬੈਠਾ ਕਿਹਦੇ ਨਾਲ ਝਗੜੇਗਾ ਕਿਹਦੇ ਨਾਲ ਝਗੜੇਗਾ ਦੂਜੇ ਚਾਹੀਦੇ ਝਗੜੇ ਲਈ ਘੱਟੋ ਘੱਟ ਦੋ ਚਾਹੀਦੇ ਨੇ। ਹਾਂ ਉਹ ਦੋ ਮਨੁੱਖ ਵੀ ਹੋ ਸਕਦੇ ਨੇ ਦੋ ਜੀਵ ਵੀ ਹੋ ਸਕਦੇ ਨੇ ਅਤੇ ਵਿਸ਼ਵਾਸ ਕਰਿਓ ਦੋ ਧਰਮ ਦੋ ਪਾਰਟੀਆਂ ਵੀ ਹੋ ਸਕਦੀਆਂ ਨੇ ਦੋ ਵਿਚਾਰ ਵੀ ਹੋ ਸਕਦੇ ਨੇ। ਅੰਦਰ ਮਨੁੱਖ ਦੇ ਦੋ ਵਿਚਾਰ ਹੋਣ ਦੁਬਦਾ ਜਿਹਨੂੰ ਆਪਾਂ ਆਖਦੇ ਹਾਂ ਦੋ ਵਿਚਾਰ ਟਕਰਾਉਂਦੇ ਹੋਣ ਤਾਂ ਉਹ ਵੀ ਅੰਦਰਲਾ ਝਗੜਾ ਹੈ। ਮਨੁੱਖ ਅੰਦਰ ਹੀ ਝਗੜਦਾ ਰਹਿੰਦਾ ਦੋ ਵਿਚਾਰਾਂ ਵਿੱਚ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਅੰਦਰ ਇੱਕ ਲਫਜ਼ ਨੇ ਉਹਨੂੰ ਆਪਾਂ ਸਮਝਣਾ ਕਹਿੰਦੇ ਨੇ ਪਾਂਡੇ ਨੂੰ ਕਿਉਂ ਮੁਖਾਤਬ ਕੀਤਾ
ਵੇਦਾਂ ਤੇ ਆਧਾਰਿਤ ਵਿਚਾਰ ਰੱਖੇ ਨੇ ਤੇ ਵੇਦ ਕੀ ਨੇ ਗੁਰਬਾਣੀ ਹੈ ਸ਼ਾਮ ਕਹੇ ਸ਼ਾਮ ਵੇਦ ਕਹਿੰਦੇ ਸ਼ਾਮ ਕਹੇ ਸਤੰਭਰ ਸਵਾਮੀ ਰੱਬ ਦਾ ਨਾਮ ਸਤੰਭਰ ਹੈ ਉਹ ਚਿੱਟੇ ਕੱਪੜੇ ਪਾਉਂਦਾ ਹੈ ਚਿੱਟੇ ਰੂਪ ਵਿੱਚ ਹੈ ਸਤੰਭਰ ਦਾ ਅਰਥ ਹੈ ਚਿੱਟੇ ਕੱਪੜਿਆਂ ਵਾਲਾ ਪੀਤੰਬਰ ਦਾ ਅਰਥ ਹੈ ਪੀਲੇ ਕੱਪੜਿਆਂ ਵਾਲਾ ਨੀਲੰਬਰ ਦਾ ਅਰਥ ਹੈ ਨੀਲੇ ਕੱਪੜਿਆਂ ਵਾਲਾ ਇੱਥੇ ਹੈ ਸਤੰਭਰ ਸ਼ਿਆਮ ਵੇਕ ਨੇ ਆਖਿਆ ਰੱਬ ਸਫੈਦ ਕੱਪੜਿਆਂ ਵਿੱਚ ਸਫੈਦ ਰੰਗ ਉਸਦੀ ਪਸੰਦ ਹੈ ਉਹ ਸਤੰਭਰ ਹੈ ਸ਼ਾਮ ਕਹੇ ਸਤੰਭਰ ਸਵਾਮੀ ਸੱਚ ਮੈਂ ਅੱਜ ਸੱਚ ਰਹਿ ਮੈਂ ਅੱਗੇ ਵਧਣਾ ਚਾਹੁੰਦਾ ਸੰਖੇਪ ਵਿੱਚ ਵਾਰੀ ਆ ਗਈ ਰਿਗਵੇਦ ਦੀ ਰਿਗ ਕਹੇ ਰਿਗ ਕਹੇ ਰਹਾ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਰਿਗ ਆਖਦਾ ਉਹ ਕਹਿੰਦਾ ਰਾਮ ਹੈ ਉਹਦਾ ਨਾਮ ਭਗਵਾਨ ਦਾ ਉੱਥੇ ਕਹਿੰਦਾ ਸਤੰਬਰ ਹੈ ਰਿਗ ਆਖਦਾ ਨਹੀਂ ਉਹਦਾ ਨਾਮ ਰਾਮ ਹੈ ਉਹ ਦੇਵਤਿਆਂ ਵਿੱਚੋਂ ਸੂਰਮਾ ਮਹਾਨ ਬਲੀ ਹੈ ਉਹਦਾ ਨਾਮ ਰਾਮ ਹੈ ਤੇ ਵਾਰੀ ਆ ਗਈ ਜੁਜਰ ਦੀ ਤੀਜੇ ਵੇਦ ਦੀ ਹੁਣ ਤੱਕਿਓ ਸੀ ਇਹ ਬਾਣੀਆਂ ਰੋਜ਼ ਪੜ੍ਹਨੇ ਆਸਾ ਦੀ ਵਾਰ ਦਾ ਰੋਜ਼ ਦਾ ਪਰ ਸਮਝਣ ਦੀ ਲੋੜ ਹੈ ਵਾਰੀ ਆ ਗਈ ਜੁਜਰ ਦੀ ਉਹਨੇ ਦੋਹਾਂ ਨੂੰ ਨਕਾਰ ਦਿੱਤਾ ਉਹਨੇ ਆਖਿਆ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੂ ਭਇਆ ਲੈ ਭਗਵਾਨ ਦਾ ਨਾਂ ਕ੍ਰਿਸ਼ਨ ਹੈ ਉਹ ਜਾਦੂਆਂ ਦੀ ਕੁੱਲ ਵਿੱਚ ਪੈਦਾ ਹੋ ਉਹਨੇ ਆਖਿਆ ਸੀ ਸਤੰਬਰ ਹੈ ਦੂਜੇ ਨੇ ਆਖਿਆ ਸੀ ਰਾਮ ਹੈ ਅਤੇ ਤੀਜੇ ਨੇ ਆਖ ਦਿੱਤਾ ਕਾਨ ਕ੍ਰਿਸ਼ਨ ਜਾਦੂ ਭਇਆ ਉਹਦਾ ਨਾਂ ਕ੍ਰਿਸ਼ਨ ਹੈ ਉਹ ਜਾਦੂ ਕੁੱਲ ਵਿੱਚ ਪੈਦਾ ਹੋਇਆ ਅਤੇ ਹੁਣ ਵਾਰੀ ਆ ਗਈ ਕਲਯੁੱਗ ਦੀ ਇੱਥੇ ਅਥਰਵਣ ਵੇਦ ਆ ਗਿਆ ਅਤੇ ਉਹਨੇ ਕੀ ਆਖਿਆ ਕੱਲ ਮੈਂ ਵੇਦ ਅਥਰਵਣ ਹੋਊਆ ਉੱਥੇ ਉਹ ਤਿੰਨੋਂ ਹੀ ਨਾਂ ਉਹਨੇ ਖਤਮ ਕਰ ਦਿੱਤੇ ਉਹਨੇ ਆਖਿਆ ਨਾਂ ਖੁਦਾਈ ਅੱਲੋ ਭਇਆ ਖੁਦਾ ਦਾ ਰੱਬ ਦਾ ਨਾਮ ਅੱਲਾ ਹੈ ਚੇਟੀ ਅਜੀਬ ਗੱਲ ਹੈ ਸਮੇਂ ਸਮੇਂ ਨਾਲ ਹਰ ਵੇਦ ਨੇ ਜਿਸ ਵੇਦਾਂ ਦੇ ਸਹਾਰੇ ਮੈਂ ਪਹਿਲੀ ਅਰਜ਼ ਕਰਦਿਆਂ ਮੇਰਾ ਵਿਚਾਰ ਕਿਸੇ 'ਤੇ ਕ੍ਰਿਟੀਸਾਈਜ਼ ਕਰਨਾ ਨਹੀਂ ਬਾਣੀ ਨੂੰ ਵਿਚਾਰਨਾ ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਵਿਚਾਰਨ ਵਾਲਾ ਵਿਚਾਰ ਵਿੱਚ ਆਜ਼ਾਦ ਹਾਂ ਗੁਰੂ ਕਹਿੰਦੇ ਨੇ ਹੋਇਆ ਕੀ ਨਤੀਜਾ ਕੀ ਹੋਇਆ ਚਾਰੇ ਵੇਦ ਹੋਏ ਸਚਿਆਰ ਚਾਰੇ ਵੇਦ ਜਿਹੜੇ ਨੇ ਆਪਣੀ ਆਪਣੀ ਥਾਵੇਂ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਅਤੇ ਨਤੀਜਾ ਕੀ ਹੋਇਆ ਪੜੇ ਗੁਣੇ ਪੜੇ ਗੁਣੇ ਤਿੰਨ ਚਾਰ ਵਿਚਾਰ ਜਿਹੜੇ ਵੇਦਾਂ ਨੂੰ ਪੜ੍ਹ ਕੇ ਆਪਣਾ ਮਨ ਧਰਮੀ ਬਣਾ ਰਹੇ ਸਨ ਜੀਵਨ ਦੇ ਰਾਹ ਅਪਣਾ ਰਹੇ ਸਨ ਉਹਨਾਂ ਦੇ ਰਸਤੇ ਵੱਖ ਵੱਖ ਹੋ ਗਏ ਇੱਕ ਸਤੰਬਰ ਹੋ ਗਿਆ ਦੂਜਾ ਰਾਮ ਦਾ ਉਪਾਸ਼ੋ ਹੋ ਗਿਆ ਤੀਜਾ ਕ੍ਰਿਸ਼ਨ ਦਾ ਹਾਲਾਂਕਿ ਇਹਨਾਂ ਦੀ ਜੀਵਨ ਸ਼ੈਲੀ ਆਪਸ ਵਿੱਚ ਨਹੀਂ ਮਿਲਦੀ ਕ੍ਰਿਸ਼ਨ ਅਤੇ ਰਾਮ ਦੀ ਵੀ ਨਹੀਂ ਮਿਲਦੀ ਇਹੋ ਕਾਰਨ ਨੇ ਸਭ ਨੇ ਆਪਣੇ ਆਪਣੇ ਮੰਦਰ ਬਣਾ ਲਏ
ਆਪਣੀਆਂ ਆਪਣੀਆਂ ਮੂਰਤੀਆਂ ਨਿਸ਼ਚਿਤ ਕਰ ਲਏ। ਕ੍ਰਿਸ਼ਨ ਦੇ ਮੰਦਰ ਵਿੱਚ ਕ੍ਰਿਸ਼ਨ ਦੀ ਮੂਰਤੀ, ਰਾਮ ਦੇ ਮੰਦਰ ਵਿੱਚ ਰਾਮ ਦੀ ਮੂਰਤ, ਹਰ ਇੱਕ ਨੇ ਆਪਣੇ ਇਹ ਝਗੜੇ ਕੀ ਨੇ, ਜਿੱਥੇ ਵਖਰੇਵਾਂ ਸ਼ੁਰੂ ਹੋ ਜਾਵੇ ਉੱਥੇ ਝਗੜਾ। ਕਹਿੰਦੇ ਨੇ ਦੋ ਵਿਚਾਰ ਜੀ ਕੇਵਲ ਤਾਂ ਕਬੀਰ ਤਾਂ ਬੈਠਾ ਦੋ ਵਿਚਾਰਾਂ ਦੀ ਉਦਾਸੀ ਵਿੱਚ, ਇਹ ਮਨ ਬੜਾ ਕੇ ਜਾ ਸਿਓ ਮਨ ਮਾਣਿਆ ਦੋ ਹੀ ਵਿਚਾਰ ਨੇ, ਰਾਮ ਬੜਾ ਕੇ ਰਾਮੇ ਚੜ੍ਹਨਿਆ ਦੋ ਹੀ ਵਿਚਾਰ ਨੇ ਨਾ, ਬ੍ਰਹਮਾ ਬੜਾ ਕੇ ਜਾ ਸਿਓ ਪਾਇਆ, ਇੱਥੇ ਗੱਲ ਉਲਟ ਹੋ ਗਈ, ਇੱਥੇ ਤਾਂ ਦੋ ਦੀ ਥਾਂ 'ਤੇ ਚਾਰ ਹੋ ਗਏ। ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਝਗੜੇ ਕਿਵੇਂ ਸ਼ੁਰੂ ਹੋਏ? ਜਦੋਂ ਭਗਵਾਨ ਦੀਆਂ ਵੰਡੀਆਂ ਪੈ ਗਈਆਂ, ਜਦੋਂ ਭਗਵਾਨ ਦੇ ਨਾਂ ਵੱਖਰੇ ਹੋ ਗਏ, ਭਗਵਾਨ ਦੀਆਂ ਮੂਰਤੀਆਂ ਵੱਖਰੀਆਂ ਹੋ ਗਈਆਂ, ਭਗਵਾਨ ਦੀ ਜੀਵਨ ਸ਼ੈਲੀ ਵੱਖਰੀ ਹੋ ਗਈ। ਰਾਮ ਦੀ ਜੀਵਨ ਸ਼ੈਲੀ ਅਤੇ ਕ੍ਰਿਸ਼ਨ ਜੀ ਦੀ ਜੀਵਨ ਸ਼ੈਲੀ ਵਿੱਚ ਬੜਾ ਫਰਕ, ਜੇ ਕਦੀ ਇਤਿਹਾਸ ਪੜ੍ਹ ਕੇ ਦੇਖ ਲਓ। ਜਦੋਂ ਭਗਵਾਨ ਦੇ ਵੱਖ ਵੱਖ ਰੂਪ ਹੋ ਗਏ, ਵੱਖ ਵੱਖ ਸ਼ੈਲੀਆਂ ਹੋ ਗਈਆਂ, ਵੱਖ ਵੱਖ ਨਾਮ ਹੋ ਗਏ, ਝਗੜੇ ਸ਼ੁਰੂ ਹੋ ਗਏ। ਅੱਲਾ ਵਾਲਿਆਂ ਨੇ ਆਪਣਾ ਝਗੜਾ ਸ਼ੁਰੂ ਕੀਤਾ। ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਇੱਕਤਾ ਤੇ ਕਹਿਣ ਲੱਗੇ, ਰਾਮ ਰਹੀਮ ਕਹਾਏ ਦੇ। ਉਹਨੇ ਆਖਿਆ ਜੇ ਤੁਸੀਂ ਰਾਮ ਆਖਦੇ ਹੋ ਤਾਂ ਮੈਂ ਰਹੀਮ ਆਖਾਂਗਾ, ਤੁਹਾਡਾ ਭਗਵਾਨ ਰਾਮ ਹੋ ਸਕਦਾ, ਮੇਰਾ ਖੁਦਾ ਰਹੀਮ ਹੋਏਗਾ। ਝਗੜੇ ਸ਼ੁਰੂ ਹੋ ਗਏ, ਝਗੜਿਆਂ ਦਾ ਕਾਰਨ ਮੈਂ ਆਰੰਭ ਮੁੜਨਾ ਚਾਹੁੰਦਾ ਕਿ ਝਗੜਾ ਹੈ ਕੀ। ਰਾਮ ਰਹੀਮ ਕਹਾਏਂਦੇ, ਏਕ ਨਾਮ ਦੋਏ ਰਹਾ ਭੁਲਾਣੇ, ਏਕ ਨਾਮ ਦੋਏ ਰਹਾ ਭੁਲਾਣੇ, ਸੱਚ ਕਿਨਾਰੇ ਗਿਆ। ਸੱਚ ਕਿਨਾਰੇ ਲੈ ਗਿਆ, ਖੈ ਮਰਦੇ ਝਗੜਾ। ਖੈ ਮਰਦਾ ਮਤਲਬ ਕੀ? ਝਗੜਾ। ਬ੍ਰਾਹਮਣ ਤੇ ਮੁਲਾਣੇ ਖੈ ਮਰਨ ਲੱਗਾ, ਇਹ ਅੱਜ ਨਹੀਂ ਸਦੀਆਂ ਤੋਂ ਅੱਜ ਤੱਕ ਲੜੀ ਜਾਂਦੇ ਨੇ। ਬ੍ਰਾਹਮਣ ਦੀ ਵਿਚਾਰਧਾਰਾ ਅਤੇ ਮੌਲਾਣੇ ਦੀ ਵਿਚਾਰਧਾਰਾ ਅੱਜ ਤੱਕ ਦੁਸ਼ਮਣ ਬਣੀ ਹੋਈ ਹੈ, ਭਾਵੇਂ ਉਹ ਦੇਸ਼ ਨਾਮ ਥੱਲੇ ਲੜਨ, ਭਾਵੇਂ ਧਰਮ ਨਾਮ ਥਾਂ। ਅੱਜ ਵੀ ਹਿੰਦੁਸਤਾਨ ਦੀ ਧਰਤੀ 'ਤੇ ਰੋਜ਼ ਤੁਸੀਂ ਦੇਖਦੇ ਹੋ ਹਿੰਦੂ ਮੁਸਲਮਾਨ ਦੇ ਆਪਸ ਵਿੱਚ ਦੰਗੇ ਹੋ ਰਹੇ ਨੇ, ਝਗੜੇ ਕਿਉਂ ਹੋ ਰਹੇ ਨੇ? ਝਗੜਾ, ਮੈਂ ਤੇ ਰੁਕਣਾ ਚਾਹੁੰਦਾ, ਝਗੜਾ ਕੀ ਹੈ? ਝਗੜਾ ਭਾਈ ਗੁਰਦਾਸ ਜੀ ਆਖਿਆ, ਰਾਮ ਰਹੀਮ ਕਹਾਏਂਦੇ, ਏਕ ਨਾਮ ਦੋਏ ਰਹਾ ਭੁਲਾਣੇ, ਸੱਚ ਕਿਨਾਰੇ ਰਹਿ ਗਿਆ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਖੈ ਮਰਦੇ ਬਾਹਮਣ ਮੁਲਾਣੇ, ਝਗੜਾ ਹਮੇ ਵਿੱਚ ਹਮੇ ਝਗੜਾ ਪਾਉਣ। ਮੇਰਾ ਧਰਮ ਵੱਡਾ ਹੈ, ਮੇਰੀ ਮਰਿਆਦਾ ਵੱਡੀ ਹੈ, ਮੇਰੀ ਵਿਚਾਰਧਾਰਾ ਵੱਡੀ, ਝਗੜਾ। ਪਰ ਇੱਕ ਖਿਆਲ ਕਰੋ, ਗੁਰੂ ਨਾਨਕ ਦੀ ਦੱਖਣੀ ਓਂਕਾਰ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਸੇ ਝਗੜੇ ਨੂੰ ਖਤਮ ਕੀਤਾ। ਕਹਿਣ ਲੱਗਾ, ਭਲਿਆ ਜੇ ਭਗਵਾਨ ਹੀ ਇੱਕ ਹੋ ਜਾਏ, ਜੇ ਗੁਰੂ ਹੀ ਇੱਕ ਹੋ ਜਾਏ, ਜੇ ਸ਼ਬਦ ਹੀ ਇੱਕ ਹੋ ਜਾਏ, ਝਗੜਾ ਕਿਹੜੀ ਗੱਲ ਦਾ? ਲੋ, ਸਿੱਖ ਵੀ ਅੱਜ ਇੱਕ ਨਹੀਂ ਹੋਇਆ, ਝਗੜਾ ਕਿਹੜੀ ਗੱਲ ਦਾ ਹੈ?
गुरु ने आख्या ओंकार की है सहल जग भाए ओंकार वेद निर्माय, तो फिर मैं उस ओंकार के अगे एक ला देना चाहना। श्री गुरु ग्रंथ साहिब एक क्यों लाया, ओंकार के अगे एक ला दिता। उन्हें आख्या मैं राम रहीम सबनू एक नाल जोड़ना चाहना। उन्होंने ओंकार दे अगे एक लाया, चार विचार नहीं छड़े, बल्कि यह आख्या इक्का बाणी एक गुर इक्को शब्द विचार। हुण भला सोचियो साडे विच इह चीज़ नहीं आई, वह बीमारी जिथे जिसका जिक्र झगड़े विच आए। मैं हैरान हुंना गुरु नानक दे सामने भी वह झगड़ा आया। आपां भाई गुरदास जी की जबानों पढ़ने आ, पुछण खोल किताब नूं वड्डा हिंदू के मुसलमान झगड़ा। लोग झगड़ा की वड्डा हिंदू के मुसलमान बाबा जवाब की दिंदा, बाबा आखे हाजिया शुभ अमला बाजो दोनों रोई। किसे दा लियाज नहीं, शुभ अमला बाजो दोनों रोई, हिंदू मुसलमान दोए दरगे अंदर में लैन ना ढोई। झगड़ा रुकना चाहना पर पढ़ियो पढ़े गुणे तीन चार विचार, उथों झगड़ा शुरू होया। क्योंकि रब एक ना रहा, रब दे मूर्तियां वखरियां हो गई, भगवान दे रब दे नाम थले वख वख मंदिर हो गए, वख वख मूर्तियां हो गई, रख वख विचारधारा हो गई, वख वख मर्यादा हो गई। झगड़ा शुरू होया ना, पड़े गुणे तीन चार विचार। ते गुरु नानक ने दखनी ओंकार विच जिथे ओंकार एक ओंकार नूं सामने रखिया, उत्थे ब्राह्मण नूं आख्या भलिया तू क्यों जंजाल खड़े करना है, चार बन विचार बना के। इसलिए रहा उहदी तुक अंदर एक गल आखी, सुन पांडे क्या लिखो जंजाला, क्यों झगड़े जंजाल पे लिखना है, लोगों ने झगड़िया विच क्यों पाउना है। पढ़े गुणे तीन चार विचार, सुन पांडे क्या लिखो जंजाला, लिख राम नाम गुरमुख गुरमुख गोपाला। बस एक लिख दूजा न लिख, दूजा नहीं और को ताका बहु कहिए। मैं तो ये मैसेज देना चाहना, एको जाप एको सलाह, एक सिमर एको मनाहा, एक इसके गुण गाओ अनंत, मंतन जाप एक भगवंत, एको एक एक हर आप पूर्ण पूर्ण रहो प्रभाप। अनेक विस्तार एक थे भय, एक आराध पर मंतन अंदर एक प्रभराता गुर प्रसाद नानक एक जाता। हुण तां झगड़े उन्दे नाल शुरू हो गया जिहड़ा एक आखदा सी, बाबा कबीर जी ने यह गल आख दी। कह लगे जब हम एको एक कर जाने हाँ तब लोगे काहे दुख माने, मेरे नाल झगड़ा क्यों, मैं तो एक आखना, मैं तो सारिया नू एक नाल जोड़ना चाहना हाँ, पर हुण जरा रुकना चाहना। ये गल आपां लंबा आपां
केवल मौलाने नू ते ब्राह्मण नू ही नहीं दे सकते, अपने आप नू भी देंगे। इंसाफ है वो कहता कि गुरु नानक दे घर विच इंसाफ है, निरी दूजियां दी गल करी जानी, दूजियां नू आखी जाना करो ब्राह्मण ने चार बनाए ने, चार वेद बना होन करके चार विचारां दा टकराव खड़ा कीता भलियो। कभी कौड़ी सच्चाई अपने हिरदे विच चात मारो, वो तो चार विचार सन, साढ़े कुल तो 40 विचार ने। कभी निगाह मारियो असी एक दूजे नू बर्दाश्त नहीं कर रहे, जे झगड़े उन्हां चार विचारां नाल होए ने ते इन्हां 40 विचारां नाल भी झगड़े हो, हर गुरुद्वारे विच झगड़ा है, हर पार्टी विच झगड़ा है, हर लीडर झगड़े विचों पैदा हो रहा है, उसका जन्मदाता ही झगड़ा है। मैं तो हैरान हूं ना, जे एक राम दे वक्रे वक्रे, एक प्रभु दे भगवान दे वक्रे वक्रे नाम जिहड़े ने, उन्होंने वक्रियां मूर्तियां ते वक्रे नाम ते मंदिर वक्रे बनाए ने, तो एक ख्याल करियो अज तो उस तो भी वध गल हो गई, हर थान ते प्रकाश श्री गुरु ग्रंथ साहब दा है, हर गुरुद्वारे विच प्रकाश श्री गुरु ग्रंथ साहब दा है, ते हर श्री गुरु ग्रंथ साहब विच आरंभ एक तो होया है, पर गुरुद्वारियां दे नाम वक्रे वक्रे ने, बल्कि जे उन्होंने भगवान के नाम वक्रे किए ने, असी गुरुआं दे नाम ही वक्रे करके वरते ने, हर गुरु के नाम से भी गुरुद्वारे बन गए हैं। झगड़े असी दूजे की गल करने, बल्कि मैं हड बीती याद आया तो बिलास वाली गल मैं कह, बिलास लुधियाने होंदा सी ते कलगीधर गुरुद्वारे कुछ देर सेवा की, सर्विस करते फील्ड गंज में कलगीधर गुरुद्वारे, जेडे जानते होंगे पंजाब में रहने वाले, उत्थे पुरातन पहला बनिया सी, क्योंकि गुरुद्वारा पाकिस्तान बनने तो बाद उत्थे संगत आम करके ज़्यादा आउंदी सी, उन्हां दा इंतजाम भी खूबसूरत सी, रागी जिते दो रखे हुए सन ताकि कीर्तन समय समय नाल चलता रहे, होर भी साधन सन, पर प्रधानगी तो या किसी कारण झगड़े तो बहुत नेड़े, केवल 10 कदम ते वाली गल है, एक गुरुद्वारा होर बन गया, उसका नाम उन्होंने गुरु तेग बहादुर गुरुद्वारा रखिया, इसका नाम सी कलगीधर गुरुद्वारा, उन्होंने तेग बहादुर गुरुद्वारा रखिया। मेरी हड बीती अपनी कन्नी सुनी कर रहा है, अज मैं थोड़े सामने एग्जाम्पल वजो पेश कर रहा हूँ, तेग बहादुर गुरुद्वारा रखिया, ते आपसी ईरखा कारण सवेरे सवेरे उठ के ना कि कहां तेग बहादुर गुरुद्वारे दा सैकटरी कई बार लाउड स्पीकर विच अनाउंस करदा हुंदा सी, सात संगत प्यो दा घर छड़ के पुत्र दे दर ते नहीं जाईदा, वो कलगीधर गुरुद्वारा है, गुरु तेग बहादुर गुरुद्वारा है, गुरु तेग बहादुर बापू सी, कलगीधर दा पुत्र निरादर पिता दा है, सच्चे असी दूजियां नूं बुलांबे देईए ते अपनी हालत साडी अज इह होवे कि असी उन्हां झगड़ियां विच नहीं पाए हुए, साडियां मर्यादा एक नहीं 40 ने, चार नहीं 40 ने, साडा होर झगड़ा, असी इक्को गल कहने आं भले ओह मेरा किसी नाल कोई विरोध नहीं, केवल श्री गुरु ग्रंथ साहब दे एक नाल जुड़ जाओ, बस कोई विरोध नहीं। मैनू भी कई लोग कहणगे जी इन्होंने वक्री मर्यादा चला ली, मैं कई बार अर्ज करना भरे हो जिन्हों मेरी मर्यादा जा इस स्थान की मर्यादा यह नज़र आती है ना कोई वक्री, वह श्री गुरु ग्रंथ साहब की मर्यादा मैनू समझा दे, मैं हाजिर हाँ। पर असी प्रकाश श्री गुरु ग्रंथ साहब का किया,
मर्यादा किसी होर पंथ की क्यों मनी है कि श्री गुरु ग्रंथ साहब पंथ नहीं जिहड़ा पंथ श्री गुरु ग्रंथ साहब नाल संबंध ना रखता हो जिहड़ा पंथ श्री गुरु ग्रंथ साहब का वचन ना मनदा हो मैं उन्हूं पंथ गुरु का किवें मन्ना पर साडा किसी नाल कोई विरोध नहीं कोई वफेवा नहीं इक्को ही शर्त है कि मैनू भी बिठा लो मुलजम बना के बिठा लो मैं हाजिर हाँ पर इकट्ठे श्री गुरु ग्रंथ साहब के बचनों पर हो जाओ ताकि साड़ी इको बाणी एक गुर इको शब्द विचार की शक्ति साड़ी को आ जाए। ये सारा झगड़ा जिहड़ा है ना ये विचारां दा है ते मैं सोच रहा सा ओ भलियो अज दे शब्द विच्चों बाबा कबीर केवल दो विचारां ते ही उदास हो गए ने केवल दो विचारां ते उदास हो गए। आओ फिर असी 40 विचार वक्फे रखने लई बैठे हाँ हर गुरुद्वारे दे विचार वक्रे ने हर नितनेम दे विचार वक्रे ने हर अमृत दे विचार वक्रे ने हर रहरास दे विचार वक्रे ने असी विचारां दा बड़ा बड़ा वड्डा संग्रह लई बैठे हाँ असी उदास क्यों नहीं जे है उदासी तो अज बाबा कबीर जी वांगू अरदास करिए सतगुरु रहमत कर साड़ी ए वखेवे दी विचार खत्म कर दे साडा भी झगड़ा खत्म कर साड़ी भी दुविधा खत्म हर सिख श्री गुरु ग्रंथ साहब के दुआले इकट्ठा हो जाए हर सिख श्री गुरु ग्रंथ साहब की विचार मनन लग पवे हर सिख श्री गुरु ग्रंथ साहब का सिख हो जाए। सतगुरु ने अपनी रसना तू इसे आख्या कह लगे सो सिख सखा बंद है भाई जो गुर के भाने में आवे ये सारे झगड़े जड़े ने अपने बाने ने अपने बाने जो चले भाई बिछड़ चो टंका बिछड़ रहा है गुरु तो भी विछड़ रहा है आपस में भी विछड़ रहा है। आज सिख नूं सिख कोलों खतरा नजर आउंदा है उनका कारण की है क्योंकि गुरु तो ही नहीं विछड़िया सिखी तो भी विछड़ गया है। तो जी सचमुच बाबा कबीर जी दे इस शब्द तो लाभ उठाना है विचारना है ਤਾਂ ਅੱਜ ਭਾਈ ਗੁਰਦਾਸ ਜੀ ਦੀ ਅੱਜ ਫਿਰ ਬਾਬਾ ਕਬੀਰ ਜੀ ਵਾਂਗੂ ਇੱਕ ਉਦਾਸੀ ਵਿੱਚ ਆਪਾਂ ਵੀ ਅਰਦਾਸ ਕਰੀਏ ਉਹ ਅਰਦਾਸ ਉਹਨਾਂ ਲਫਜ਼ਾਂ ਦੀ ਹੋਵੇ ਜਿਹੜੇ ਬਾਬਾ ਕਬੀਰ ਨੇ ਆਖਿਆ ਅਤੇ ਕਿਹਾ ਹੈ ਝਗੜਾ ਝਗੜਾ ਨਵੇਰੋ ਰਾਮ ਝਗੜਾ ਇੱਕ ਨਵੇਰੋ ਰਾਮ ਜਾ ਤੁਮ ਆਪਣੇ जन जे तू सिखी नू प्रफुल्लत देखना चाहना है जे सिख नू अपनी गलवकड़ी विच जिमें तू अपनी रसना तो ये गल आखी है गुरसिखा इको प्यार गुरबाणी दे लफज ने गुरसिखा इको प्यार गुरमित्तां पुत्तां भाइयां ते अज मैनू इस प्यार दी अनहोंद दिसदी है मैं इसलिए उदास हां कह कबीर उदास क्यों कबीर कहिंदा मैं भी उदास हां ते सच जाणियो ਇਹੋ ਗੱਲ ਅੱਜ ਆਪਣੇ ਵਿਹੜੇ ਵਿੱਚ ਦਿਸਦੀ ਹੈ
हे सतगुरु जे तू सचमुच सिखी नू उस प्यार दी गलवकड़ी विच देखना चाहना तो आ झगड़ा खत्म कर वक् वक् विचारधारा दा सारिया नू अपने चरणों नाल जोड़ लै है सारिया नू श्री गुरु ग्रंथ साहब दी गलवकड़ी विच बिठा लै गुरु कहंदे ने जा तुम अपने जन श्याम काम जा तुम अपने जन श्याम काम झगड़ा कोई झगड़ा नहीं अज कौम जे खिंडाओ विच है तां दा कारण लभो ओ ऐस शब्द विच है कोई झगड़ा नहीं झगड़ा सिर्फ हों दा है जे सारे अपनी हों छड़ के केवल श्री गुरु ग्रंथ साहिब दी गोदी मानना शुरू कर देन कोई झगड़ा नहीं हर कोई शीस झुकाएगा गुरु अगे कोई सिर्फ कारण इको है असी गुरु की गल नहीं मनना चाहते अपनी चलाना चाहते ओ नाम ओ लकब ओ वडियाइयां जिहड़ियां गुरु दे ना कोल रिजर्व सन ओ असी हथिया लईआं ने अज पंथ गुरु है अपनी मर्जी का ग्रंथ गुरु है अपनी मर्जी की विचारधारा मर्यादा गुरु है असी सब कुछ उत्थे पिछले दिनों में एक अर्ज की थी किसी वीर ने लिखा सी कह लगे जी जिमें ग्रंथ का कोई गुरु का पैदा किया होया ग्रंथ का कोई सिहारी बिहारी नहीं बदल सकता इस तरह गुरु पंथ की लिखी हुई मर्यादा की भी कोई सिहारी बिहारी नहीं बदल सकता वो भलिया गुरु पंथ का निश्चित कर केड़ा है जिहड़ा गुरु दे राह ते चलता है गुरु की विचारधारा नूं मनदा है जिहड़ा गुरु दे सामने सिर झुका के जदों असी सारे गुरु दे सामने सिर झुका देवांगे फिर गुरु दा पंथ बणांगे उन्नी चिर नहीं इसलिए अरदास करिए बाबा कबीर जी वांगू कि हे सतगुरु झगड़ा एक नबेरो राम साडा ये झगड़ा खत्म कर असी अपनी हों छड के तेरे बन जाइए इन्हां शब्दां नाल खिमा दा जा चुका फतेह बुलाओ वाहिगुरु जी का खालसा वाहिगुरु जी की फतेह राम करी महला तीजा।